ਤਾਂ ਤੁਹਾਨੂੰ ਵਧਾਈ ਔਰ ਸਾਰੇ ਪੰਜਾਬ ਦੇ ਸਾਡੇ ਸ਼ਰੋਭਨੀ ਅਕਾਲੀ ਜਲ ਦੇ ਐਮ ਐਲ ਏ ਸਹਿਬਾਨਾਂ ਨੂੰ ਵਧਾਈ ਜਿਨ੍ਹਾਂ ਨੇ ਅੱਜ ਮੋਦੀ ਦੇ ਗਵਰਨਰ ਦੀਆਂ ਦੌੜਾਂ ਲਵਾਤੀਆਂ ਮੈਂ ਗਵਰਨਰ ਸਾਈਕਲ ਚਲਾਉਂਦਾ ਤਾਂ ਵੇਖਿਆ ਸੀ ਭੱਜਦਾ ਜੀ ਪਹਿਲੀ ਵਾਰੀ ਵੇਖਿਆ ਤੇ ਮਗਰ ਹੀ ਉਹਦੇ ਗਵਰਨਰ ਦੇ ਮੋਦੀ ਦਾ ਦੂਜਾ ਚੇਲਾ ਭੱਜਿਆ ਹੀ ਜਾਂਦਾ ਰੁੜਿਆ ਹੀ ਜਾਂਦਾ ਭੱਜਿਆ ਤਾਂ ਜਾਂਦਾ ਨਹੀਂ ਉਹਦੇ ਕੋਲ ਰੁੜਦਾ ਹੀ ਜਾਂਦਾ ਸੀ ਰੁੜਦਾ ਹੀ ਜਾਂਦਾ ਸੀ ਪਤਾ ਨਾ ਦੂਜਾ ਚੇਲਾ ਕਿਹੜਾ ਦਿਖਦਾ ਢੈਂਦਾ ਕਪਤਾਨ ਮਗਰ ਜਾਵੇ ਮੈਂ ਕਿਹਾ ਕਾਹਦਾ ਕਪਤਾਨ ਆ ਭਾਈ ਵੇਖੋ ਅੱਜ ਕਮਾਲ ਹੋ ਗਈ ਸਰਕਾਰ ਦੇ 4 ਸਾਲ ਪੂਰੇ ਹੋ ਗਏ ਅਖੀਰਲਾ ਸਾਲ ਇਸ ਤੋਂ ਬਾਅਦ ਅਗਲੀ ਸਰਕਾਰ ਨੇ ਬਜਟ ਪੇਸ਼ ਕਰਨਾ ਹੈ ਤੇ ਕੁੱਲ ਭਾਸ਼ਣ ਕਿੰਨੇ ਮਿੰਟ ਦਾ ਹਿਸਾਬ ਲਾਉਂਗੇ ਲਾਓ ਸਾਹਿਬ ਕਿੰਨੇ ਮਿੰਟ ਗਵਰਨਰ ਬੋਲਿਆ ਹੋਣਾ 18 ਮਿੰਟ ਚ ਕੰਮ ਮੁਕਾਤਾ ਔਰ ਦੁੱਖ ਦੀ ਗੱਲ ਇਹ ਗੱਲ ਦੀ ਆ ਜਦੋਂ ਗਵਰਨਰ ਵਿਧਾਨ ਸਭਾ ਚ ਅੰਦਰ ਆਏ ਉਦੋਂ ਸਾਡੇ ਸਾਰੇ ਐਮਐਲਏ ਨੇ ਖਲੇ ਹੋ ਕੇ ਇੱਕ ਗੱਲ ਕਹੀ ਕਿ ਗਵਰਨਰ ਗੋ ਬੈਕ ਮੁੜ ਜਾ ਇਥੋਂ ਪਿੱਛੇ ਜਿਹੜਾ ਸਾਡੀ ਕਿਸਾਨੀ ਦੀ ਤੋਹੀਨ ਕਰਦਾ ਹੋਵੇ ਜੀਨੇ ਕਿਸਾਨਾਂ ਨੂੰ અપਮਾਨਿਤ ਕੀਤਾ ਹੋਵੇ ਜਿਨ੍ਹਾਂ ਨੇ ਪੰਜਾਬ ਦੀ ਵਿਧਾਨ ਸਭਾ ਦੀ ਸੋਚ ਨੂੰ ਅਪਮਾਨਿਤ ਕੀਤਾ ਗਿਆ ਹੋਵੇ ਉਹ ਜੇ ਗद्दार ਨੂੰ ਅਸੀਂ ਇਸ ਪੰਜਾਬ ਦੀ ਵਿਧਾਨ ਸਭਾ ਚ ਨਹੀਂ ਬੋਲਣ ਦਵਾਵਾਂਗੇ ਜਿਨ੍ਹਾਂ ਨੇ ਕਿਸਾਨੀ ਨਾਲ ਗਦਾਰੀ ਕੀਤੀ ਹੋਵੇ ਉਹ ਅੱਜ ਪੰਜਾਬ ਦੇ ਵਿਧਾਨ ਸਭਾ ਚ ਨਹੀਂ ਬੋਲ ਸਕਦਾ ਔਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਕੈਪਟਨ ਸਾਹਿਬ ਅਸੀਂ ਸਾਰਿਆਂ ਨੇ ਭਾਵੇਂ ਸਾਡੇ 100 મત ਭੇਜਨੇ ਤੁਹਾਡੇ ਨਾਲ ਮਗਰ ਜਦੋਂ ਕਿਸਾਨੀ ਦੀ ਗੱਲ ਸੀ 115 ਇਕੱਠੇ ਹੋ ਕੇ ਤੁਹਾਡੇ ਨਾਲ ਗਏ ਸੀ ਗਵਰਨਰ ਕੋਲ ਅੱਜ ਮੌਕਾ ਸੀ ਅੱਜ ਟੈਸਟ ਸੀ ਅੱਜ ਪਰਖ ਦੀ ਘੜੀ ਸੀ ਕਿ ਜਦੋਂ ਇਹ ਜ ਆ ਗਵਰਨਰ ਜਿਹੜਾ ਸਾਡੀਆਂ ਭਾਵਨਾਵਾਂ ਦਿੱਲੀ ਨਹੀਂ ਪਛਾਹ ਸਕਦਾ ਕਿਸਾਨਾਂ ਦੇ ਹੱਕ ਦੇ ਉਹ ਬਿੱਲ ਨਹੀਂ ਪਾਸ ਕਰ ਸਕਦਾ ਤੇ ਫੇਰ ਸਾਡਾ ਇਹ ਜੇ ਗਵਰਨਰ ਦੇ ਮੂੰਹ ਲੱਗਣਾ ਵੀ ਮੈਂ ਸਮਝਦਾ ਸੀ ਪਾਪ ਸੀ ਮਗਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇੱਕ ਵੀ ਕਾਂਗਰਸੀ ਦੀ ਹਿੰਮਤ ਇੰਨੀ ਜਾਨ ਨਹੀਂ ਸੀ ਉਹਦੀ ਲੱਤਾਂ 'ਚ ਕਿ ਉੱਠ ਕੇ ਇਸ ਗਵਰਨਰ ਨੂੰ ਉਸ ਕਿਸਾਨੀ ਮੁੱਦੇ ਤੇ ਸਵਾਲ ਕਰ ਸਕਣ ਔਰ ਮੇਰੇ ਔਰ ਮੇਰੇ ਵੀਰੋ ਹੈਰਾਨਗੀ ਦੀ ਗੱਲ ਆ ਮੈਂ ਭਾਸ਼ਣ ਹੀ ਲੈ ਕੇ ਆਇਆ ਹਰ ਜਗ੍ਹਾ ਗਵਰਨਰ ਕੀ ਕਹਿ ਰਿਹਾ ਮੇਰੀ ਸਰਕਾਰ ਕਿੰਨੂ ਕਹਿ ਰਿਹਾ ਮੇਰੇ ਕਿਨੂੰ ਦੱਸ ਰਿਹਾ ਮੇਰੇ ਕਪਤਾਨ ਨੂੰ ਅ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਰਲ ਕੇ ਖੇਡਦੇ ਹੋ ਫਿਕਟ ਮੈਚ ਖੇਡਦੇ ਹੋ ਪੰਜਾਬ ਨੂੰ ਡਬੋਣ ਆਸਤੇ ਮੋਦੀ ਦੇ ਇਸ਼ਾਰੇ ਤੇ ਖੇਡਦੇ ਹੋ ਇਹਦੇ ਚ ਕੋਈ ਦੋ ਰਾਮਾ ਨਹੀਂ ਮਗਰ ਅੱਜ ਉਹਦੀਆਂ ਦੌੜਾਂ ਜਦ ਲੱਗੀਆਂ ਨੇ ਮੈਂ ਸਮਝਦਾ ਕਿ ਸਾਡਾ ਵੀ ਇੱਕ ਛੋਟਾ ਜਿਹਾ ਯੋਗਦਾਨ ਕਿ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਸਰਕਾਰਾਂ ਨੇ ਸਾਡੇ ਕਿਸਾਨਾਂ ਨੂੰ ਪੰਜਾਬ ਦੇ ਬਾਰਡਰਾਂ ਤੇ અપਮਾਨਿਤ ਕੀਤਾ ਉਹਨਾਂ ਦੀਆਂ ਉਹਨਾਂ ਨੂੰ ਮਜਬੂਰ ਕੀਤਾ ਉਹਨਾਂ ਪਿੱਛੇ ਪੁਲਿਸ ਲਾਈ ਆ ਜਾਂ ਉਹਨਾਂ ਨੂੰ ਦੇਸ਼ ਗਦਰ ਦੇ ਮਾਮਲੇ 'ਚ ਅੰਦਰ ਦਿੱਤਾ ਉਹਨਾਂ ਸਰਕਾਰ ਦੇ ਨੁਮਾਇੰਦਿਆਂ ਦੀ ਅੱਜ ਪੰਜਾਬ ਦੀ ਵਿਧਾਨ ਸਭਾ 'ਚ ਵੀ ਸ਼ੂਟਾਂ ਵੱਜਦੀਆਂ ਵੇਖੀਆਂ ਨੇ ਮੇਰੇ ਵੀਰੋ ਗੱਲਾਂ ਸੁਖਵੀਰ ਜੀ ਕਰਨਗੇ ਮਗਰ ਵੇਖੋ ਕਿੱਡੇ ਇਹ ਪੰਜਾਬ ਦੇ ਲੋਕ ਭੋਲੇ-ਪਾਲੇ ਤਾਂ ਜਰੂਰ ਨੇ ਬਟ ਮੂਰਖ ਨਹੀਂ ਅੱਜ ਜਾਖੜ ਨੇ ਪਹਿਲੀ ਵਾਰੀ ਹੋਇਆ ਰੂਲਿੰਗ ਪਾਰਟੀ ਕਾਂਗਰਸ ਪਾਰਟੀ ਜਾਖੜ ਪ੍ਰਧਾਨ ਕਾਂਗਰਸ ਪਾਰਟੀ ਦਾ ਇੱਕ ਪਾਸੇ ਗਵਰਨਰ ਨੂੰ ਬੁਲਾਇਆ ਰੈੱਡ ਕਾਰਪਟ ਲਾਇਆ ਕਿ ਆਹ ਭਾਈ ਆਪਣੀ ਸਰਕਾਰ ਦੀਆਂ ਗੱਲਾਂ ਦੱਸ ਤੇ ਦੂਜੇ ਪਾਸੇ ਕਹਿੰਦੇ ਅਸੀਂ ਕਪਤਾ ਉਹਦਾ ਗਵਰਨਰ ਦਾ ਘਰਾਓ ਕਰਨਾ ਫਿਰ ਉਹਨੂੰ ਸੱਦਿਆ ਕਾਹਦੇ ਲਈ ਆ ਤਾਂ ਬੱਲੇ ਛੇਰਾ ਪਤਾ ਨਹੀਂ ਕੱਲ ਆਪਣੀ ਵਾਰੀ ਆਉਣੀ ਹੈ ਵਿਧਾਨ ਸਭਾ ਤਾਂ ਸ਼ਾਇਦ ਤੋਂ ਛੁੱਟੀ ਕਰ ਦੇਣੀ ਰੈੱਡ ਕਾਰਪਟ ਉਹ ਪੱਤ ਕੇ ਮਾਰਿਆ ਵੈਸੇ ਪੱਟਿਆ ਅਸੀਂ ਤਾਂ ਨਹੀਂ ਨਿਕਲ ਹੀ ਆਉਂਦਾ ਸੀ ਜਦੋਂ ਅਸੀਂ ਤੁਰਦੇ ਸੀ ਪਤਾ ਨਹੀਂ ਕਿਹੇ ਜਾਂ ਕਾਰਪਟ ਕਾਰਪਟ ਵੀ ਉਸ ਗਵਰਨਰ ਨੂੰ ਉਹਦੇ ਉੱਤੇ ਤੋਰ ਕੇ ਰਾਜੀ ਨਹੀਂ ਸੀ ਉਹਦਾ ਵੀ ਦਰਦ ਪੰਜਾਬ ਵਾਸਤੇ ਸੀ ਮਗਰ ਮੇਰੇ ਵੀਰੋ ਅੱਜ ਅਸਲੀਅਤ ਦੀ ਗੱਲ ਕੀ ਹੈ ਕਿ ਲੋਕਾਂ ਨੂੰ ਮੂਰਖ ਬਣਾਉਂਦੇ ਕਾਹਦਾ ਕਹਿੰਦੇ ਜੀ ਅਸੀਂ ਕਾਹਦਾ ਧਰਨਾ ਦੇ ਰਿਆ ਤੇਲ ਦੀਆਂ ਕੀਮਤਾਂ ਦਾ ਜਾਓ ਜਾਖੜ ਸਾਹਿਬ ਜੇ ਧਰਨਾ ਦੇਣਾ ਤੇ ਆ ਸਾਰੇ ਚੱਲਣਗੇ ਤੇਰੇ ਨਾਲ ਅਸੀਂ ਚੱਲਾਂਗੇ ਤੇਰੇ ਨਾਲ ਮਗਰ ਧਰਨਾ ਪਹਿਲਾਂ ਤਾਂ ਜਈਏ ਖਜ਼ਾਨਾ ਮੰਤਰੀ ਦੇ ਘਰ ਦੇ ਬਾਹਰ ਜਿਨੇ 1 ਲੀਟਰ ਪٹرول ਪਿੱਛੇ 20 25 25 ਰੁਪਏ ਇਹਨਾਂ ਤੇ ਵੈਟ ਲਾ ਕੇ ਵਸੂਲੇ ਆ ਡੀਜ਼ਲ ਪਿੱਛੇ 15 15 ਰੁਪਏ ਵੈਟ ਲਾ ਕੇ ਪੰਜਾਬੀਆਂ ਤੋਂ ਵਸੂਲਿਆ ਸਭ ਤੋਂ ਮਹਿੰਗਾ ਡੀਜ਼ਲ ਪੈਟਰੋਲ ਜੇ ਸਭ ਤੋਂ ਵੱਧ ਕੋਈ ਵੈਟ ਟੈਕਸ ਕੋਈ ਸੂਬੇ ਦੀ ਸਰਕਾਰ ਲਾਉਂਦੀ ਆ ਤੇ ਆ ਖਜ਼ਾਨਾ ਮੰਤਰੀ ਸਹਾਰ ਮਨਪ੍ਰੀਤ ਸੋਂ ਬਾਦਲ ਕੈਪਟਨ ਦੇ ਇਸ਼ਾਰੇ ਤੇ ਲਾਉਂਦਾ ਤੇ ਤੁਸੀਂ ਧਰਨਾ ਮਾਰਦੇ ਲੋਕਾਂ ਨੂੰ ਮੂਰਖ ਸਮਝਦੇ ਹੋ ਠੀਕ ਆ ਕਿ ਰੇਟ ਦਿੱਲੀ ਦੀ ਸਰਕਾਰ ਮਕਰਰ ਕਰਦੀ ਹੈ ਇੱਕ ਟੈਕਸ ਦਿੱਲੀ ਦਾ ਪਹਿਲਾਂ ਪੰਜਾਬ ਦਾ ਮਾਫ਼ ਕਰੋ ਫਿਰ ਜਾ ਕੇ ਦਿੱਲੀ ਨੂੰ ਘੇਰਾਂਗੇ ਸਾਰੇ ਨਾਲ ਚੱਲਾਂਗੇ ਮਗਰ ਲੋਕਾਂ ਨੂੰ ਮੂਰਖ ਨਹੀਂ ਬਣਾਉਣ ਦੇਵਾਂਗੇ ਮੇਰੇ ਵੀਰੋ ਦੂਜੀ ਗੱਲ ਮੈਂ ਇੱਕ ਗੱਲ ਦੀ ਅੱਜ ਚਲਾਗਾ ਵੀ ਕਰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਉੱਥੇ ਲੰਗਰ ਦੀ ਸੇਵਾ ਔਰ ਫੇਰ ਜਦ ਉਹਨਾਂ ਨੂੰ ਦੇਸ਼ਦਰੋਹੀ ਦੱਸੋ ਪੰਜਾਬੀ ਕਦੇ ਦੇਸ਼ਦਰੋਹੀ ਹੋ ਸਕਦਾ ਪੰਜਾਬੀ ਮਰ ਜੂ ਮਿਟ ਜੂ ਮਗਰ ਕਦੇ ਦੇਸ਼ਦਰੋਹੀ ਨਹੀਂ ਹੋ ਸਕਦਾ ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਆ ਕਦੇ ਗਿਨੋ ਨਾ ਉਹਦੇ ਮਰੀਦ ਕਿੰਨੇ ਬੰਦੇ ਗਿਨੋ ਨਾ ਸਗੋ ਇਹ ਕਰੋ ਗਿਣਤੀ ਉਸ ਕੌਮ ਵਿੱਚ ਹੋਏ ਸ਼ਹੀਦ ਕਿੰਨੇ 80% 80% ਸ਼ਹਾਦਤ ਦੇਣ ਵਾਲੇ 90% ਤੋਂ ਵੱਧ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਉਹਨਾਂ ਨੂੰ ਇਹ ਦੇਸ਼ ਦਰੋਈ ਦੱਸਦੇ ਮੇਰੇ ਵੀਰੋ ਮੋਦੀ ਸਾਹਿਬ ਤੇ ਉਹਨਾਂ ਦੀ ਜੁੰਡਲੀ ਤਾਂ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਹੀ ਲਾਉਂਦੀ ਹੈ ਤੇ ਹੱਕ ਤੇ ਜੇ ਗੋਰੀਆਂ ਕਿਸੇ ਨੇ ਜਰੀਆਂ ਨੇ ਤਾਂ ਥੋੜੇ ਵੱਡ ਵੱਡੇ ਰਿਆ ਨੇ ਜਰੀਆਂ ਨੇ ਇਸ ਲਈ ਇਹਨਾਂ ਤੋਂ ਸਰਟੀਫਿਕੇਟ ਦੀ ਲੋਟ ਨਹੀਂ ਮਗਰ ਜੋ ਟਕੈਤ ਸਾਹਿਬ ਨੂੰ ਜਦੋਂ ਔਖੀ ਘੜੀ ਆਈ ਮੈਂ ਸੁਖਬੀਰ ਜੀ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਦੋਂ ਜੇ ਟਕੈਤ ਪੰਜਾਬੀਆਂ ਲਈ ਆਖ ਖਲੋਤਾ ਜਦੋਂ ਟਕੈਤ ਸਾਹਿਬ ਨੂੰ ਲੋਡ ਪਈ ਤੁਸੀਂ ਵੀ ਜਾ ਕੇ ਉੱਥੇ ਲੱਤ ਗੱਡਣ ਦਾ ਕੰਮ ਕੀਤਾ ਉਹਨੂੰ ਸ੍ਰੀ ਹਰਮੰਦਰ ਸਾਹਿਬ ਤੋਂ ਸਰੋਵਰ ਤੋਂ ਜਲ ਲਿਆ ਕੇ ਦਿੱਤਾ ਇੱਕ ਗੱਲ ਦਾ ਪ੍ਰਤੀਕ ਦਿੱਤਾ ਕਿ ਜਿੱਥੇ-ਜਿੱਥੇ ੱਤਕਾ ਹੋਊਗਾ ਸ਼੍ਰੋਮਣੀ ਅਕਾਲੀ ਜਲ ਉੱਥੇ ਅੱਗੇ ਖਲੋਤਾ ਹੋਊਗਾ ਇਸ ਲਈ ਮੈਂ ਮੈਨੂੰ ਪਤਾ ਚੀਮਾ ਸਾਹਿਬ ਮਗਰ ਆ ਕੇ ਮੇਰੀ ਤਾਂ ਗੱਡੀ ਹੁੰਦੀ ਐ ਮਗਰ ਮੈਂ ਕੰਮ ਹੀ ਮੁਕਾ ਦੇਣਾ ਸਾਡਾ ਤਾਂ ਕੰਮ ਹੈ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਰੱਬ ਆਪੇ ਸਾਡੀ ਕਿੱਲੀ ਨੱਪ ਕੇ ਰੱਖਦਾ ਮੈਂ ਵਧਾਈ ਦੇਣਾ ਚਾਹੁੰਦਾ ਇੱਥੇ ਜਨਾਲਾ ਸਾਹਿਬ ਬੈਠੇ ਆ ਕਿੱਥੇ ਹੈ ਵੀ ਕਿਹੜਾ ਨਿਕਾਜ ਆ ਜਾ ਪਾਹੂ ਅੱਗੇ ਆ ਜਾ ਇਹ ਵਿਗੜ ਜਾਂਦਾ ਮਗਰ ਜਦੋਂ ਠੀਕ ਹੁੰਦਾ ਤਾਂ ਠੀਕ ਬੜਾ ਹੁੰਦਾ ਇਹਨੂੰ ਵਧਾਈ ਆ ਕੀ ਅਜ ਨਾਲੇ ਚ ਬਹੁਮਤ ਲੈ ਕੇ ਆਇਆ ਮੇਰਾ ਵੀਰ ਲੜ ਕੇ ਆਇਆ ਸਰਕਾਰ ਦੇ ਤਸ਼ੱਦਦ ਦੇ ਖਿਲਾਫ ਮੈਂ ਇਸ ਵੀਰ ਨੂੰ ਵਧਾਈ ਦੇਣਾ ਇਕਬਾਲ ਸਿੰਘ ਮਾਲਸਾਭ ਨੂੰ ਕਾਦੀਆ ਚ ਜਿਹਨੇ ਬਾਜਵੇਂ ਦੇ ਤਸ਼ੱਦਦ ਲੜਿਆ ਅੱਜ ਉਹ ਵੀ ਜਿੱਤ ਕੇ ਆਇਆ ਇਹ ਵੀ ਬਹੁਮਤ ਲੈ ਕੇ ਆਇਆ ਇਸੇ ਤਰ੍ਹਾਂ ਸ਼੍ਰੀ ਹਰਗੋਬਿੰਦਪੁਰ ਤੇ ਕਾਂਗਰਸ ਨੂੰ maat ਦੇ ਕੇ ਆਏ ਆ ਮਜੀਠਾ ਜਿੱਤੇ ਆ ਮੇਰੇ ਵੀਰੋ ਮਾਝੇ ਚ 67 ਸੀਟਾਂ ਚੋਂ 39 ਕਾਂਗਰਸ ਜਿੱਤਦੀ ਹੈ ਤੇ 26 ਸ਼੍ਰੋਮਣੀ ਅਕਾਲੀ ਦਲ ਜਿੱਤਿਆ ਮੇਰੇ ਵੀਰੋ ਮੈਂ ਇਸ ਗੱਲ ਦੀ ਵਧਾਈ ਤੁਹਾਨੂੰ ਤਾਂ ਦਿੰਦਾ ਕਿ ਜਰਨੇਲਾ ਵਾਂਗੂ ਲੜਿਓ ਆ ਬੈਠੇ ਇੱਥੇ ਆ ਸਾਡੇ ਸਤਿਕਾਰਯੋਗ ਬਿਰਸਾ ਸਿੰਘ ਜੀ ਬਲਟੋਆ ਸਾਹਿਬ ਇਹਨਾਂ ਦੇ ਕੈਂਡੀਡੇਟਾਂ ਤੇ 13 ਸੀ ਕਿ 15 13 13 ਦੀਆਂ 13 ਤੇ 307 ਲਾਤੀ ਜਿੰਨਾ ਚਿਰ ਪ੍ਰਚਾਰ ਚੱਲਿਆ ਵਿਚਾਰੇ ਜਮਾਨਤਾ ਕਰਾਉਣ ਤੀ ਰਹੇ ਜਿੱਦਣ ਪ੍ਰਚਾਰ ਮੁੱਕਿਆ ਉਸ ਦਿਨ ਜਮਾਨਤ ਆਈ 11 ਤਰੀਕ ਨੂੰ ਤਗੜੇ ਹੋ ਕੇ ਲੜੇ ਭਾਵੇਂ ਕੈਂਡੀਡੇਟ ਜੋ ਜਿੱਤੇ ਮਗਰ ਕਾਂਗਰਸ ਪਾਰਟੀ ਨਾਲ ਹਾਰ ਜਿੱਤ ਦਾ ਫਰਕ ਕੇਵਲ ਤੇ ਕੇਵਲ 700 ਵੋਟਾਂ ਦਾ ਜਦੋਂ 15000 ਦੇ ਨੇੜੇ ਵੋਟ ਪਈ ਹੋਵੇ ਇਸ ਲਈ ਮੇਰੇ ਵੀਰੋ ਮੈਂ ਅੱਗੇ ਵਧਾਈ ਦੇ ਰਿਹਾ ਸੀ ਇੱਕੋ ਤੁਸੀਂ ਵੀਡੀਓ ਵੇਖਿਓ ਨਹੀਂ ਮੈਂ ਵੀਡੀਓ ਦੀ ਗੱਲ ਕਰਕੇ ਬਹਿ ਜਾਣਾ ਕਾਂਗਰਸ ਕਹਿੰਦੀ ਅਸੀਂ ਜਿੱਤ ਗਏ ਇੱਕ ਵੀਡੀਓ ਵੇਖਦੇ ਆ ਉਹਨੇ ਇੱਕ ਗਿਆ ਚਾਚਾ ਵੋਟ ਪਾਉਣ ਤੇ ਚਾਚਾ ਜਾ ਕੇ ਪੁੱਛਦਾ ਤੂੰ ਚਾਚੇ ਨੂੰ ਪੁੱਛਦਾ ਚਾਚੀ ਤਾਂ ਪਹਿਲਾਂ ਆ ਗਈ ਤੂੰ ਮਗਰੋਂ ਆਇਆ ਕਹਿੰਦਾ ਚਾਚੀ ਆਈ ਸੀ ਕਹਿੰਦਾ ਹਾਂ ਆਈ ਸੀ ਅੱਛਾ ਕਹਿੰਦਾ ਵੋਟ ਪਾ ਗਈ ਕਹਿੰਦਾ ਹਾਂ ਚਾਚੀ ਉਹ ਚਾਚੀ ਤਾਂ ਵੋਟ ਪਾ ਗਈ ਫਿਰ ਉਹ ਬੰਦਾ ਜਿਹੜਾ ਪੋਲਿੰਗ ਏਜੰਟ ਸੀ ਉਹਨੂੰ ਪੁੱਛਦਾ ਕਿ ਚਾਚਾ ਤੂੰ ਤੇ ਚਾਚੀ ਇਕੱਠੇ ਨਹੀਂ ਰਹਿੰਦੇ ਉਹ ਕਹਿੰਦਾ ਸੌਰੀਆ ਇਕੱਠੇ ਤਾਂ ਰਹਿੰਦੇ ਆ ਮਗਰ ਉਹਨੂੰ ਤਾਂ ਗਿਆਈ ਉੱਤੇ ਗਿਆ ਉਹਨੂੰ 3 ਸਾਲ ਹੋ ਗਏ ਉਹ ਕਦੋਂ ਵੋਟ ਪਾ ਜਾਂਦੀ ਐ ਮੈਨੂੰ ਮਿਲ ਕੇ ਜਾਂਦੀ ਨਹੀਂ ਹਾਲ ਤਾਂ ਹੀ ਹੋਇਆ ਉਹੋ ਜੇ ਕਈ ਜਿਹੜੇ ਵਿਚਾਰਿਆਂ ਨੂੰ ਗਿਆ ਨੂੰ ਲੱਗ ਸਾਲ ਹੋ ਗਿਆ 2 ਸਾਲ ਹੋ ਗਿਆ ਆ ਜਾਖੜਰ ਗਿਆ ਨੇ ਬੋਰ ਚ ਉਹਨਾਂ ਦੀਆਂ ਵੋਟਾਂ ਵੀ ਪਵਾਤੀਆਂ ਤੇ ਫਿਰ ਜਿੱਤਣਾ ਹੀ ਸੀ ਤੁਸੀਂ ਜਦੋਂ ਇਹ ਜਾ ਕੰਮ ਹੋਣ ਲੱਗ ਜਾਏ ਤੇ ਕਾਹਦਾ ਲੋਕਤੰਤਰ ਰਹਿ ਗਿਆ ਮਗਰ ਮੇਰੇ ਵੀਰੋ ਜਦੋਂ ਅਸੈਂਬਲੀ ਦੀਆਂ ਚੋਣਾਂ ਆਉਣਗੀਆਂ ਠੱਕ ਠੱਕ ਵੋਟਾਂ ਪੈਣਗੀਆਂ ਤਾਂ ਵੋਟਾਂ ਕਿਹਨੂੰ ਪੈਣਗੀਆਂ ਟਕੜੀ ਨੂੰ ਔਰ ਮੈਂ ਇਸ ਗੱਲ ਦੀ ਵੀ ਤਲਵਾਦ ਕਰਦਾ ਭੈਣ ਜੀ ਅਰ ਸਿਮਰਤ ਕੌਰ ਬਾਦਲ ਜੀ ਦਾ ਜਿਨ੍ਹਾਂ ਨੇ ਪਾਰਲੀਮੈਂਟ 'ਚ ਇਹ ਪਤਾ ਭਾਜਪਾ ਵਾਲਿਆਂ ਦੀ ਚੀਕਾਂ ਨਿਕਲਦੀਆਂ ਸੀ ਆ ਚੁੱਪ ਕਰਾ ਲਿਓ ਭੈਣ ਨੂੰ ਇਹ ਕਿਉਂ ਬੋਲਦੀ ਆ ਉਹ ਗੱਲਾਂ ਕੀਤੀਆਂ ਜਿਹੜੀ ਭਾਜਪਾ ਸੁਣ ਕੇ ਰਾਜੀ ਨਹੀਂ ਸੀ ਉਹ ਸੱਚ ਦੱਸੇ ਜਿਹੜੀ ਕਾਂਗਰਸ ਸੁਣ ਕੇ ਰਾਜੀ ਨਹੀਂ ਸੀ ਅਸਲੀ ਫਿਕਤ ਮੈਚ ਕੈਪਟਨ ਕੈਪਟਨ ਵੀ ਮੋਦੀ ਦਾ ਤੇ ਗਵਰਨਰ ਵੀ ਮੋਦੀ ਦਾ ਆ ਦੱਸ ਕੀ ਗਏ ਆ ਜਿਹੜਾ ਸੌਂ ਖਾ ਕੇ ਮੁੱਕਰ ਗਿਆ ਉਹ ਗੀਤ ਤਾਂ ਸੁਣਿਆ ਨਾ ਸੌਂ ਖਾ ਕੇ ਮੁੱਕਰ ਗਿਆ ਹੁਣ ਨਹੀਂ ਰਾਜਿਆ ਬੱਸ ਤੇਰੇ ਜਿਹੜਾ ਰੱਬ ਦਾ ਨਾ ਬਣਿਆ ਹੋਵਾ ਜਿਹੜਾ ਘਰ ਦੀ ਨੂੰ ਨਾ ਲੱਭੇ ਉਹਨੇ ਤੁਹਾਨੂੰ ਕਿੱਥੋਂ ਲੱਭ ਪੈਣਾ ਇਸ ਲਈ ਮੇਰੇ ਵੀਰੋ ਬਾਜੋ ਸਵਾਰੀ ਆਪਣੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਇੱਕ ਵਾਅਦਾ ਨਹੀਂ ਪੂਰਾ ਕੀਤਾ ਨਾ ਕਿਸਾਨ ਖੁਦਕੁਸ਼ੀ ਦਾ ਨਾ ਕਿਸਾਨਾਂ ਨਾਲ ਨਾ ਮੁਲਾਜ਼ਮ ਨਾਲ ਨਾ ਨੌਜਵਾਨਾਂ ਨਾਲ ਨਾ ਦਲਤ ਭਰਾਵਾ ਨਾਲ ਹਰੇਕ ਨਾਲ ਧੋਖਾ ਕੀਤਾ ਤੇ ਇਹ ਸਰਕਾਰ 'ਚ ਮੈਂ ਸਮਝਦਾ ਕਿ ਸ਼ਾਇਦ ਕਦੇ ਡੀਜੀਪੀ ਜਨਕਰ ਗੁਪਤਾ ਜੀ ਨੂੰ ਤੇ ਵਿੰਨੀ ਮਹਾਜਨ ਜੀ ਨੂੰ ਵੀ ਲੋਕ maaf ਨਹੀਂ ਕਰਨਗੇ ਕਿ ਜਦੋਂ ਸੱਚ ਦੀ ਇਨਕੁਆਇਰੀ ਕਰਨੀ ਹੁੰਦੀ ਸੀ ਉਦੋਂ ਪਤਾ ਨਹੀਂ ਕਿਹੜੀ ਨੀਂਕੀ ਕਰਨ ਦੀ ਨੀਂਦ 'ਚ ਸੌਂ ਜਾਂਦੇ ਸੀ ਮੇਰੇ ਵੀਰੋ ਹਾਲਾਤ ਵੇਖੋ ਕੀ ਹੋਇਆ ਆ ਜੇਲਾ 'ਚ ਕਿਹੜਾ ਬਿਠਾਇਆ ਇਹਨਾਂ ਨੇ ਮੁਖਤਿਆਰ ਅंसारी ਵਰਗੇ ਜੱਗੂ ਭਗਵਾਨਪੁਰੀਏ ਵਰਗੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਅਗਲੀ ਇਲੈਕਸ਼ਨ ਕਿੱਥੇ ਇਹਨਾਂ ਨੇ ਸੀਐਮ ਕੈਂਡੀਡੇਟ ਬਣਾਉਣਾ ਜਿਹੜਾ ਇੱਥੇ ਬਿਠਾਇਆ ਇਹਨਾਂ ਨੂੰ ਕੀ ਸਮਝਦੇ ਹੋ ਕਿ ਇਹਨਾਂ ਦੇ ਬਲ ਤੇ ਤੁਸੀਂ ਇਲੈਕਸ਼ਨ ਜਿੱਤ ਜਾਓਗੇ 50 ਲੱਖ ਰੁਪਏ ਦਾ ਇੱਕ ਵਕੀਲ ਕਰਕੇ ਸੁਪਰੀਮ ਕੋਰਟ ਤੇ ਕੇਸ ਲੜਾਤਾ ਅंसारी ਦਾ ਤੇ ਉਹ ਤਾਂ ਗੁਨਾਹਕ ਹੀ ਸੀ 50 ਗੱਜ ਦੀ ਇੱਥੇ ਦੁਕਾਨ ਤੇ ਕਬਜ਼ਾ ਦਿਖਾਇਆ ਉਹਦੇ ਉੱਥੇ 100 ਕੇਸ ਦਰਜ ਹੈ ਉਹ ਯੂਪੀ ਦੀ ਸਰਕਾਰ ਮੰਗਦੀ ਹੈ ਅੱਜ ਸ਼ਰੇ ਆਮ ਦਿਨ ਦਿਹਾੜੇ ਚਾਹੇ ਗੁਰਲਾਲ ਪਹਿਲਵਾਨ ਕਾਂਗਰਸੀ ਆ ਦਿਨ ਦਿਹਾੜੇ ਉੱਤੇ ਅਟੈਕ ਦਿਨ ਦਿਹਾੜੇ ਸਾਡੇ ਐਮਐਲਏ ਸਾਹਿਬਾਨਾਂ ਤੇ ਅਟੈਕ ਅ ਮਨਜੀਤ ਮੱਨਾ ਜੀ ਆਇਆ ਇਹਨਾਂ ਤੇ ਅਟੈਕ ਜੇ ਸਮਝਦੇ ਆ ਕਿ ਸਾਨੂੰ ਗੋਲੀਆਂ ਮਾਰ ਕੇ ਜਾਂ ਸਾਡੇ ਤੇ ਅਟੈਕ ਕਰਾ ਕੇ ਸ਼ਰੋਮ ਨਹੀਂ ਅਕਾਲੀ ਦਲ ਦੇ ਜਹਾਰੂ ਵੀਰ ਪਿੱਛੇ ਹਟ ਜਾਣਗੇ ਇਹ ਪਿੱਛੇ ਹਟਣ ਵਾਲੇ ਨਹੀਂ ਇਹ ਵੱਧ ਚੜ ਕੇ ਲੜਨਗੇ ਤੇ ਪੰਜਾਬ ਨੂੰ ਬਚਾਉਣ ਲਈ ਹਰ ਯੋਗਦਾਨ ਦੇਣਗੇ ਮੈਂ ਫੇਰ ਆਪਣੇ ਸਾਰੇ ਐਮਐਲਏ ਸਹਿਬਾਨਾਂ ਦਾ ਭਾਵੇਂ ਗਿਣਤੀ ਤਾਂ ਘਟ ਹੈ ਮਗਰ ਭਾਜੜਾ ਜਿਹੜੀ ਪੁਆ ਕੇ ਆਇਆ ਇਹ ਵੀ ਇਤਿਹਾਸ ਦੇ ਪੰਨਿਆਂ 'ਚ ਦਰਜ ਹੋਊਗਾ ਗਵਰਨਰ ਨੇ ਵੀ ਭਾਸ਼ਣ ਦੇਣ ਤੋਂ ਭੱਜ ਹੀ ਗਿਆ ਕਿ ਇਹ 'ਚ ਹੈ ਕੁਛ ਨਹੀਂ ਮੈਨੂੰ ਅੱਗੇ ਬੜੀ ਕੁੱਟ ਪੈਂਦੀ ਆ ਹੋਰ ਨਾ ਪੈ ਜੇ ਉਹ ਵਿਚਾਰਾ ਕਦੇ ਐਂ ਦੀ ਭੱਜਦਾ ਸੀ ਕਦੇ ਆਉਂਦੀ ਭੱਜਦਾ ਸੀ ਉਹਨੂੰ ਤਾਂ ਕਪਤਾਨ ਦੀ ਚਾਹ ਵੀ ਨਹੀਂ ਸਵਾਦ ਲੱਗੀ ਇਸ ਲਈ ਵਧਾਈ ਥੋੜਾ ਧੰਨਵਾਦ ਬਹੁਤ ਬਹੁਤ ਧੰਨਵਾਦ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ